ਜੇ ਅੱਜ ਵੀ ਅਗਰ 16 ਦੀ ਤਰਫ ਕਦਮ ਵਧਾਇਆ ਜਾਵੇ ਤੇ ਤੁਸੀਂ ਕੀ ਕਹਿੰਦੇ? 50 ਕਰੋੜ ਰੁਪਿਆ ਅਸੀਂ ਮੰਗਿਆ ਸੁਲਾ ਵਾਸਤੇ ਬਲਾਜ ਦੇ ਕਤਲ ਦੀ। ਤੁਹਾਡੇ ਹਿਸਾਬ ਨਾਲ ਸੁਲਾ ਕੌਣ ਕਰਵਾ ਸਕਦਾ, ਕਿਸ ਕੈਲੀਬਰ ਦਾ ਬੰਦਾ? 3 ਸਾਲਾਂ ਜੋ ਕੋਸ਼ਿਸ਼ ਕਰਦੇ ਪਏ ਹਾਂ ਤੇ ਇੱਕ ਦਫਾ ਮੈਨੂੰ ਜ਼ਿਕਰ ਨਹੀਂ ਕੀਤਾ ਬਲਾਜ ਨੇ। ਉਹ ਸ਼ੂਟਰ ਦਾ ਪਤਾ ਲੱਗਿਆ ਕਿ ਕਿਸ ਸ਼ੂਟਰ ਨੂੰ ਪੈਸੇ ਦਿੱਤੇ ਗਏ ਨੇ? ਅਸਲਾਮ ਅਲੈਕਮ, ਤੁਸੀਂ ਵੇਖ ਰਹੇ ਹੋ ਸ਼ਾਨ ਪਾਕਿਸਤਾਨ ਤੇ ਮੈਂ ਤੁਹਾਡਾ ਦੇਸੀ ਐਂਕਰ ਜ਼ਾਹਿਦ ਖਾਨ। ਜਿਵੇਂ ਕਿ ਤੁਸੀਂ ਦੇਖਿਆ ਕਿ ਅਮੀਰ ਮਸਬ ਜਿਹੜੇ ਹੈ ਉਹਨਾਂ ਨੇ ਇੱਕ ਵੀਡੀਓ ਬਿਆਨ ਦਿੱਤਾ, ਆਪਣਾ ਵੀਡੀਓ ਸਟੇਟਮੈਂਟ ਦਿੱਤੀ। ਉਸ ਤੋਂ ਪਹਿਲੇ ਤੀਫੀ ਭੱਟ ਨੇ ਆਪਣਾ ਆਡੀਓ ਕਾਲ ਦਿੱਤੀ, ਸਿੰਧੂ ਸਾਹਿਬ ਨੇ ਆਡੀਓ ਕਾਲ ਦਿੱਤੀ ਤੇ ਬਹੁਤ ਸੇ ਮਾਮਲਾ ਐਸੇ ਹੋਏ ਨੇ ਕਿ ਕਿਹਾ ਜਾ ਰਿਹਾ ਸੀ ਕਿ ਗੱਲ ਸੁਲਾਹ ਵਾਲੇ ਪਾਸੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਅਸਲ ਰੀਜ਼ਨ ਕੀ? ਇਸ ਟਾਈਮ ਅਸੀਂ ਬੈਠੇ ਹਾਂ ਅਮੀਰ ਬਲਾਜ ਟੀਪੂ ਜਿਹੜੇ ਸ਼ਹੀਦ ਸਨ ਉਹਨਾਂ ਦੇ ਦਾਦਾ ਜੀ ਕੋਲ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਸਾਰੇ ਮਾਮਲਾ ਕਿਸ ਤਰ੍ਹਾਂ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਨੇ? ਅੱਲਾ ਦਾ ਸ਼ੁਕਰ, ਅੱਲਾ ਪਾਕ ਤੁਹਾਨੂੰ ਸਿਹਤ ਔਰ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਏ। ਅੱਛਾ, ਇਹ ਹਾਲ ਵਿੱਚ ਇੱਕ ਬਿਆਨ ਆਇਆ ਆਪਣਾ ਅਮੀਰ ਮਸਜਿਦ ਦਾ, ਠੀਕ ਹੈ ਨਾ? ਉਹਨਾਂ ਨੇ ਦੱਸਿਆ ਕਿ 3 ਦਹਾਈਆਂ ਤੋਂ ਸਨਲ ਜ਼ਿਆਦਾ ਹੋਈਆਂ, ਠੀਕ ਹੈ ਨਾ? ਉਸ ਤੋਂ ਪਹਿਲੇ ਤੀਫੀ ਭੱਟ ਦਾ ਬਿਆਨ ਆਇਆ ਕਿ ਜੀ ਸਾਡੀ ਸੁਲਾਹ ਹੋਣ ਲੱਗੀ ਸੀ ਤੇ ਕੈਸਰ ਭੱਟ ਨੇ ਕਿਹਾ ਸੀ ਕਿ ਇਹ ਸੁਲਾਹ ਨਾ ਕਰਾਉਣਾ। ਤੇ ਕੈਸਰ ਭੱਟ ਸਾਹਿਬ ਅਮੀਰ ਬਲਾਜ ਫੈਮਿਲੀ ਨਾਲ ਬੜੀ ਹਮਦਰਦੀ ਰੱਖਦੇ ਨੇ ਤੇ ਇਸ ਟਾਈਮ ਕੈਸਰ ਭੱਟ ਸਾਹਿਬ ਵਾਹਿਦ ਆਦਮੀ ਨੇ ਜਿਹੜੇ ਇਸ ਗਰੁੱਪ ਵੱਲੋਂ ਜਾਂ ਇਸ ਬਰਾਦਰੀ ਵੱਲੋਂ ਸਟੇਟ ਫਾਈਟ ਕਰ ਰਹੇ ਨੇ ਤੀਫੀ ਭੱਟ ਨਾਲ। ਤੁਸੀਂ ਕੀ ਕਹਿੰਦੇ ਹੋ ਕਿ ਤੀਫੀ ਭੱਟ ਦਾ ਜਿਹੜਾ ਆਡੀਓ ਕਾਲ ਆਈ ਉਹਦੇ ਬਾਰੇ ਤੇ ਕੈਸਰ ਭੱਟ ਦੇ ਹਵਾਲੇ ਨਾਲ? ਬਿਸਮਿਲ੍ਲਾ ਰਹਿਮਾਨ। ਕੀ ਨਾਮ ਤੁਹਾਡਾ ਜੀ? ਜ਼ਾਹਿਦ। ਜ਼ਾਹਿਦ ਭਾਈ, ਗੱਲ ਇਸ ਤਰ੍ਹਾਂ, ਜਿਹੜਾ ਕਿ ਨਾ ਤੀਫੀ ਭੱਟ ਦਾ ਹਾਂਜੀ ਬਿਆਨ ਕਿ ਜੀ ਉਹ ਕੈਸਰ ਨੇ ਸੁਲਾਹ ਨਹੀਂ ਹੋਣ ਦਿੱਤੀ ਤੇ ਯੇ ਹੈ ਉਹ ਫਲਾਂ, ਉਹਨਾਂ ਦੀ ਹੀ ਗੱਲ ਮੰਨ ਲਵੋ। ਆਇਆ ਤੀਫੀ ਭੱਟ ਕਿਸੇ ਹੋਰ ਦੇ ਦੀ ਪੈਗਾਮ ਨਹੀਂ ਭੇਜ ਛੱਡ ਸਕਦਾ ਸੀ ਕਿ ਜੀ ਕੈਸਰ ਨੇ ਸਾਰਾ ਨਿਜ਼ਾਮ ਖਰਾਬ ਕੀਤਾ, ਕੈਸਰ ਨੇ ਸਾਰਾ ਮਾਮਲਾ ਖਰਾਬ ਕਰਤਾ ਜੀ? ਉਹ ਨਹੀਂ ਸਰ ਸੰਸ ਪੈਗਾਮ ਭੇਜ ਸਕਦਾ ਅਗਰ ਐਡੇ ਮੁਖਲਸ ਸੀ ਉਹ ਤੇ। ਰਿਹਾ ਮਸਲਾ ਕੈਸਰ ਦਾ, ਉਹ ਸਿਰਫ ਇਹਨਾਂ ਦੀਆਂ ਅੱਖਾਂ ਹੀ ਖੜਕਦਾ ਪਿਆ। ਕਿਉਂ? ਕਿ ਉਹ ਮੁਸ਼ਕਲ ਵਕਤ ਬੱਚਿਆਂ ਦੇ ਨਾਲ ਖਲੋਤਾ ਹੈ। ਉਹਨਾਂ ਦੇ ਬਾਪ ਦਾ ਦੋਸਤ ਸੀ ਉਹ, ਬੱਚੇ ਉਹਦੇ ਭਤੀਜੇ ਲੱਗਦੇ ਨੇ। ਸਾਡਾ ਕੈਸਰ ਛੋਟੇ ਭਾਈਆਂ ਜੈਸਾ ਵੀ ਹੈ, ਬੇਟਿਆਂ ਜੈਸਾ ਵੀ ਹੈ ਸਾਡੇ ਵਾਸਤੇ, ਔਰ ਹੈ ਔਰ ਰਹੇਗਾ, ਠੀਕ ਹੈ ਜੀ? ਸਹੀ। ਹੁਣ ਉਹਨਾਂ ਨੂੰ ਪਤਾ ਕਿ ਮੁਸ਼ਕਲ ਵਕਤ ਦੀ ਉਹ ਬੱਚਿਆਂ ਦੇ ਨਾਲ ਖੋਤਾ ਹੈ ਤੇ ਕੋਈ ਵੀ ਦੁਸ਼ਮਣ ਬਰਦਾਸ਼ਤ ਨਹੀਂ ਕਰਦਾ। ਉਸੇ ਸਿਲਸਿਲੇ ਕੜੀ ਕਿ ਉਹਨਾਂ ਨੇ ਕੋਈ ਨਾ ਕੋਈ ਆਦਮੀ ਛੱਡੇ ਨੇ ਕਿ ਕੈਸਰ ਨੂੰ ਇਹਨਾਂ ਤੋਂ ਅਲੈਦਾ ਕਰੇ। ਉਹ ਸਿਲਸਿਲੇ ਦੀ ਕੜੀ ਹੈ ਕਿ ਜਿਹੜਾ ਕਿ ਉਹ ਕੋਈ ਬਲਾਲ ਸਾਹਿਬ ਨੇ ਸਾਰੇ ਲਾਹੌਰ ਨੂੰ ਪਤਾ ਕਿ ਵੱਡਾ ਮੈਂ ਇੱਥੇ ਬੈਠਾ ਆ ਤੇ ਮੀਆਂ ਬਲਾਲ ਸਾਹਿਬ ਨੂੰ ਕਦਾ ਕੰਮ ਸੀ ਨਾ ਕਿ ਮੇਰੇ ਦੇ ਗੱਲ ਪੁਛਾ ਦਿੰਦੇ ਜੀ ਇਹ ਮਾਮਲਾ ਹੋ ਰਿਹਾ ਕੈਸਰ ਨੇ ਇਸ ਤਰ੍ਹਾਂ ਬੇੜਾ ਗਰ ਕਰਤਾ ਸਾਰਾ ਮਾਮਲਾ। ਮੀਆਂ ਬਲਾਲ ਸਾਹਿਬ ਕਿੱਥੇ ਸੁੱਤੇ? ਮੈਂ ਤੇ ਮੀਆਂ ਬਲਾਲ ਨੂੰ ਹੁਣ ਦੇਖਿਆ ਪਹਿਲੀ ਦਫਾ ਵੀਡੀਓ ਦੇ ਉੱਤੇ। ਇੱਥੇ ਅਗਰ ਆਉਂਦੇ ਜਾਂਦੇ ਹਨ ਉਹ ਕਹਿੰਦੇ ਮੈਂ 3 ਸਾਲ ਤੋਂ ਇਹਨਾਂ ਕੋਲ ਆਉਣ ਵਾਲਾ ਜਾਂ 3 ਸਾਲ ਤੋਂ ਮੈਂ ਕੋਸ਼ਿਸ਼ ਕਰ ਰਿਹਾ ਸਾਂ ਤੇ ਮੈਂ ਦਿਨ ਉਹਨੂੰ ਦੇਖਿਆ, ਫਿਰ 3 ਸਾਲਾਂ ਜੋ ਕੋਸ਼ਿਸ਼ ਕਰਦੇ ਪਏ ਹਾਂ ਤੇ ਇੱਕ ਦਫਾ ਮੈਨੂੰ ਜ਼ਿਕਰ ਨਹੀਂ ਕੀਤਾ ਬਲਾਜ ਨੇ ਕਿ ਵੀ ਦਾਦੂ ਇਸ ਤਰ੍ਹਾਂ ਕੋਈ ਕੋਸ਼ਿਸ਼ ਹੋ ਰਹੀ, ਜਦਕਿ ਮੇਰੇ ਕੋਲ ਕੋਈ ਗੱਲ ਉਹ ਲੁਕਾਉਂਦੇ ਹੀ ਨਹੀਂ ਸਨ। ਬੱਚਾ ਮਰਨ ਤੋਂ 10 ਦਿਨ ਪਹਿਲੇ ਫਿਰ ਇੱਥੇ ਬੈਠਾ ਮੇਰੇ ਨਾਲ ਗੱਪਸ਼ਪ ਲਗਾ ਕੇ ਗਿਆ। ਮੈਂ ਤੇ ਨਿਉਣੇ ਕਿ ਜੀ ਸੁਲਾਹ ਹੋ ਰਹੀ ਸੀ ਜਾਂ ਕੈਸਰ ਨੇ ਕੰਮ ਖਰਾਬ ਕਰਤਾ ਜਾਂ ਫਲਾਣਾ ਬੰਦਾ ਇਹਨੇ ਕੰਮ ਕਰ ਰਿਹਾ ਸੀ। ਬਲਾਜ ਸਾਹਿਬ ਦਾ ਕੰਮ ਹੈ ਕਿ ਮੈਂ ਹੁਣ ਵੀ ਬੈਠਾ ਹਾਂ, ਮੈਨੂੰ ਅੱਗ ਹੁਣ ਵੀ ਅਸਲ ਹਕੀਕਤ ਦੱਸ ਦੇਣ ਤੇ ਸਿਰਫ ਉਹਨਾਂ ਦੂਰ ਕਰਨਾ ਸੀ ਕਿ ਵੀ ਇਹ ਮੁਸ਼ਕਲ ਵਕਤ ਕਿਉਂ ਇਹਨੇ ਨਾਲ ਖਲੋਤਾ ਇਹਨਾਂ ਦਾ ਖਾਨਦਾਨ, ਉਹਨੂੰ ਦੂਰ ਕਰਨਾ ਸੀ ਸਾਰੇ ਮੁਸ਼ਕਲ। ਤੁਹਾਡਾ ਕਹਿਣਾ ਹੈ ਕਿ ਇਹ ਮੀਆਂ ਜਿਹੜਾ ਇਹ ਬਲਾਲ ਹੈ ਇਹ ਝੂਠ ਬੋਲ ਰਿਹਾ ਹੈ? ਬਿਲਕੁਲ, ਅੱਲਾਹ ਪਾਕ ਮਾਫ ਕਰੇ, ਬੰਦੇ ਨੂੰ ਆਖਰ ਸੋਚਣੀ ਚਾਹੀਦੀ, ਐਡੀ ਵੱਡੀ ਕਸਮ ਨਹੀਂ ਚੁੱਕਣੀ ਚਾਹੀਦੀ। ਤੁਹਾਡੇ ਕਹਿਣਾ ਝੂਠੀ ਕਸਮ ਚੁੱਕੀ ਗਈ? ਮੈਂ ਦੇਖੋ ਜੀ ਮੈਂ ਕੁਰਾਨ ਨੂੰ ਚੁੱਕਿਆ, ਮੈਂ ਕਹਿੰਦਾ ਜੀ ਇਸ ਕੁਰਾਨ ਨੂੰ ਤੋਬਾ ਨਾਲ ਬਿਲਾ ਦਰਮਿਆਨ ਹੀ ਨਹੀਂ ਲਿਆਉਣਾ ਚਾਹੀਦਾ, ਨਹੀਂ ਲਿਆਉਣਾ ਚਾਹੀਦਾ ਸੀ, ਠੀਕ ਹੈ? ਕਿਉਂ ਛੋੜ ਦੋ ਨਾ ਜੀ, ਇਹ 50 ਕਰੋੜ ਦਾ ਜਾਂ ਸਾਡੇ ਦਾ ਨਾਮ ਲੱਗਾ? ਹਾਂਜੀ ਪਤਾ ਜੀ, ਹਾਂਜੀ ਸਾਫੀ ਨੇ ਤੁਹਾਡੇ ਕੋਈ ਮੀਆਂ ਆਮਰ ਸਾਹਿਬ ਕੇ ਮੀਆਂ ਪਤਲ ਕਿਹੋ ਜਿਹਾ ਨਾਮ ਹੈ, ਬੜੇ ਵੱਡੇ ਸਾਫੀ ਨੇ। ਅੱਛਾ, ਉਹਨਾਂ ਕਹੇ ਜੀ 50 ਕਰੋੜ ਰੁਪਿਆ ਅਸੀਂ ਮੰਗਿਆ ਸੁਲਾਹ ਵਾਸਤੇ ਬਲਾਜ ਦੇ ਕਤਲ ਦੀ। ਅੱਛਾ ਜੀ, ਅਸੀਂ ਬੜੀ ਖੁਸ਼ੀ ਨਾਲ ਕਤਲ ਕਰਵਾਇਆ ਉਹਨੂੰ, 50 ਕਰੋੜ ਲੈਣਾ ਸੀ ਨਾ। ਅੱਛਾ ਜੀ, ਨਹੀਂ ਉਹਨਾਂ ਦਾ ਮਕਸਦ ਇਹ ਹੀ ਨਾ, 50 ਕਰੋੜ ਮੈਂ ਉਹਨਾਂ ਦੀ ਖਿਦਮਤ ਕਰਨੀ ਚਾਹੁੰਦਾ ਵਾਂ ਕਿ ਮੈਨੂੰ ਇੰਨਾ ਦੱਸ ਦੇਣ ਕਿ 50 ਕਰੋੜ ਦੀ ਆਫਰ ਸਾਡੇ ਵਿੱਚੋਂ ਕਿੰਨੇ ਕੀਤੀ ਸੀ
50 करोड़ दी आफर कराई भी 50 करोड़ मंगे है। अच्छा अच्छा 50 करोड़ मंगे है सुलह से। तो मैं कहना उन्हें खिदमत दी अर्ज करना कि मैंने दादे ने 50 करोड़ मैं मंगे है मेरे भाई ने मंगे है मौसा बे फतेह बे या कोई साडा खानदान फैमिली का कोई बंदा है किन्ने मंगे 50 करोड़ देखो ना जब तक ए हो जे बंदे इस ने गल्ला कर देंगे तो कोई अच्छा कदम उठेगा नहीं। अपनी दादा ला लो कि किन्ने लोग मुखलस ने के मामला खत्म हो गया या मामला तूल पकड़े बिल्कुल गल बजाय अगर जो मामला खत्म हो गया तो इस तरह की गल किसी का अगर बच्चा शहीद हो या बच्चा कतल करता हो उन्हें क्या जाए ना 50 करोड़ तो सुलह कर लो तो 50 अरब से भी सुलह नहीं होंगी वैसे की जाए तो ना बिल्ला तो कब्बन नहीं गरूर नहीं ये लोग ने जिन्हें 50 करोड़ ना देखा हो यार असी अल्लाह के बंदे हो खुदा के बंदे हो असी बहुत कुछ देखिया बस बहुत कुछ देखिया फिर सुलह है पहले भी अगर गल चिड़ी सी टीपू के वक्त ही साड़ी कोई शर्त नहीं थी सही तो सुलह करनी बस सुलह करनी खत्म गल जे अज भी
ਐਸਾ ਨਾ ਹੋਵੇ ਕਿ ਕੋਈ ਨੁਕਸਾਨ ਹੋਵੇ ਉਸ ਤੋਂ ਪਹਿਲੇ ਇਸ ਕੰਮ ਦਾ ਕੋਈ ਸੱਦੇ ਬਾਬ ਕਰਤਾ ਜਾਵੇ।